ਭਗਵੰਤ ਮਾਨ ਕਹਿੰਦੇ ਕਮਾਨ ਸੰਭਾਲਣ ਜਾ ਰਹੇ ਨੇ ਕਿ ਇਸ ਮੁੱਦੇ ਦੇ ਉੱਤੇ ਉਹ ਇੱਕ ਪੁੱਲ ਦਾ ਕੰਮ ਕਰਨਗੇ, ਜਿਵੇਂ ਪਹਿਲਾਂ ਮੀਟਿੰਗਾਂ ਦੇ ਵਿੱਚ MSP ਵਾਲੇ ਮੁੱਦੇ ਦੇ ਉੱਤੇ ਉਹਨਾਂ ਨੇ ਕੇਂਦਰ ਦੇ ਮੰਤਰੀ ਚੰਡੀਗੜ੍ਹ ਸੱਦੇ। ਟਰੈਕਟਰ ਰੇਟ ਕਈ ਥਾਵਾਂ 'ਤੇ ਜ਼ਮੀਨ ਦਾ ਫਰਜ਼ ਕਰ ਲਓ 1,00,000 ਰੁਪਏ ਵਿਧਾ ਹੈ, ਉੱਥੇ ਮੌਕੇ ਦੀ ਸਥਿਤੀ ਅਨੁਸਾਰ 12,00,000 ਰੁਪਏ ਵਿਧਾ ਹੈਗਾ, ਬਲਕਿ 12 ਗੁਣਾ ਵੱਧ ਹੈ ਰੇਟ। ਜੇ 1,00,000 ਰੁਪਏ ਵਿਘਾ ਕਲੈਕਟਰ ਰੇਟ 'ਤੇ ਅਤੇ 12,00,000 ਰੁਪਏ ਵਿਘਾ ਮੌਜੂਦਾ ਸਥਿਤੀ 'ਚ ਰੇਟ ਹੈ ਤਾਂ ਫਿਰ ਕਿਸਾਨ ਰੋਲਦੇ ਆ। ਮੌਜੂਦਾ ਸਥਿਤੀ ਅਨੁਸਾਰ ਬੰਨੇ ਗਏ ਰੇਟ ਅਨੁਸਾਰ ਤੁਹਾਨੂੰ ਰੇਟ ਦਿੰਦੇ ਸੀ ਵੀ ਮੌਕੇ ਦਾ ਰੇਟ, ਅਤੇ ਸਰਕਾਰਾਂ ਉਸ ਨੂੰ ਮੰਨਦੀਆਂ ਨੇ। ਸਰਕਾਰਾਂ ਚਲੋ ਫਿਰ ਵੀ ਯਕਮੁਕਸ ਕਹਿ ਦਿੰਦੀਆਂ ਵੀ ਤੁਸੀਂ ਭਾਈ ਇੰਨੇ ਪੈਸੇ ਲੈ ਲਓ, ਇੰਨੇ 'ਚ ਨਿਬੇੜੋ। ਕਿਸਾਨ ਫਿਰ ਨਹੀਂ ਮੰਨਦਾ, ਫਿਰ ਸਰਕਾਰਾਂ ਕਹਿੰਦੇ ਨੇ ਭਾਈ ਮੌਜੂਦਾ ਰੇਟ ਕੀ ਆ ਪਾਓ, ਤਹਿ ਤਹਿ ਕਰ ਲਈਏ, ਫਿਰ ਨਹੀਂ ਕਿਸਾਨ ਮੰਨਦਾ, ਫਿਰ ਖੜ੍ਹ ਜਾਂਦਾ, ਫਿਰ ਰੌਲਾ ਪੈਂਦਾ। ਆਪਣੀ ਕਟੜਾ ਐਕਸਪ੍ਰੈਸ ਵੇ ਨੂੰ ਸੰਭਾਲਣ ਵਾਸਤੇ ਤੁਹਾਡਾ ਕੇਂਦਰ ਦਾ ਪ੍ਰੋਜੈਕਟ ਆ, ਉਹ ਸੈਂਟਰ ਸਰਕਾਰ ਦਾ ਪ੍ਰੋਜੈਕਟ ਆ, ਉਹ ਸੈਂਟਰ ਸਰਕਾਰ ਦੇ ਪ੍ਰੋਜੈਕਟ ਵਿੱਚ 50 ਸਰਕਾਰ ਕੀ ਕਰ ਸਕਦੀ। ਸੈਂਟਰ ਸਰਕਾਰ ਕਿਸਾਨਾਂ ਨਾਲ ਬੈਠੇ ਮੀਟਿੰਗ ਕਰੇ, ਵਿੱਚ ਭਗਵੰਤ ਮਾਨ ਉਹਦੇ ਪੰਜਾਬ ਦੇ ਮੁੱਖ ਮੰਤਰੀ ਉਹਦੇ ਮੀਡੀਏਟਰ ਬਣੇ, ਅਤੇ ਉਹ ਬਣ ਕੇ ਆਪਸ 'ਚ ਗੱਲਬਾਤ ਕਰਨ, ਨਾ ਕਿ ਠੋਕ ਦਿਓ ਜੀ ਕਿਸਾਨਾਂ ਨੂੰ, ਜੀ ਆਪ ਪੰਜਾਬ ਨੂੰ ਠੋਕ ਦਿਓ ਜੀ, 52,000 ਕਰੋੜ ਦੇ ਪ੍ਰੋਜੈਕਟ ਰੋਕ ਦਿਓ ਜੀ। ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਮਾਨ ਸੰਭਾਲਣ ਜਾ ਰਹੇ ਨੇ ਕਿ ਇਸ ਮੁੱਦੇ ਦੇ ਉੱਤੇ ਉਹ ਇੱਕ ਪੁੱਲ ਦਾ ਕੰਮ ਕਰਨਗੇ, ਜਿਵੇਂ ਪਹਿਲਾਂ ਮੀਟਿੰਗਾਂ ਦੇ ਵਿੱਚ MSP ਵਾਲੇ ਮੁੱਦੇ ਦੇ ਉੱਤੇ ਉਹਨਾਂ ਨੇ ਕੇਂਦਰ ਦੇ ਮੰਤਰੀ ਚੰਡੀਗੜ੍ਹ ਸੱਦੇ ਸੀ। ਇਹ ਵੈਸੇ ਨਾ ਮੁੱਦਾ ਸੱਚੀ ਮੁੱਚੀ ਗੱਲ ਹੈ ਕਿ ਜਿਹੜਾ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਵਾਲਾ ਮੁੱਦਾ ਨਾ ਜੀ, ਜ਼ਮੀਨ ਅਕੁਆ ਇਹ ਆਮ ਤੌਰ 'ਤੇ ਹੁੰਦਾ ਆਇਆ, ਅਤੇ ਜਦੋਂ ਜ਼ਮੀਨ ਅਕੁਆਇਰ ਹੁੰਦੀ ਹੈ ਨਾ ਜੀ, ਕਿਤੇ ਵੀ ਹੁੰਦੀ ਹੈ ਭਾਰਤ ਵਿੱਚ, ਸਰਕਾਰ ਉਹਨੂੰ ਕਲੈਕਟਰ ਰੇਟ ਦੇ ਹਿਸਾਬ ਦੇ ਨਾਲ ਦਿੰਦੀ ਹੈ ਪੈਸੇ ਜੀ। ਜਿਹੜਾ ਉੱਥੇ ਕਲੈਕਟਰ ਰੇਟ DC ਰੇਟ ਹੁੰਦਾ ਜਿਹੜਾ, ਉਸ ਮੁਤਾਬਕ ਸਰਕਾਰ ਪੈਸੇ ਦਿੰਦੀ ਹੈ। ਪਰ ਪ੍ਰੋਬਲਮ ਇਹ ਆ ਕਿ ਉੱਥੇ ਮੌਜੂਦਾ ਸਥਿਤੀ ਵਿੱਚ ਕਲੈਕਟਰ ਰੇਟ ਤਾਂ ਬਹੁਤ ਪਿੱਛੇ ਰਹਿ ਗਿਆ ਹੁੰਦਾ, ਉੱਥੇ ਰੇਟ ਬਹੁਤ ਸਾਰਾ ਹੁੰਦਾ। ਕਿਸਾਨ ਮੰਗਦੇ ਆ ਮੌਜੂਦਾ ਰੇਟ, ਉੱਥੇ ਕਿਸਾਨ ਵੀ ਜਿਹੜੇ ਹੋਰ ਵੀ ਕੋਈ ਭਾਈਚਾਰਾ ਹੁੰਦਾ, ਉਹ ਵੀ ਜਦੋਂ ਕੋਈ ਜ਼ਮੀਨ ਅਕੁਆਇਰ ਹੁੰਦੀ ਆ ਤਾਂ ਉਹ ਰੇਟ ਮੰਗਦੇ ਆ ਮੌਜੂਦਾ ਸੰਦਰਭ ਵਾਲਾ ਵੀ ਅੱਜ ਦਾ ਰੇਟ ਕੀ ਆ। ਕਲੈਕਟਰ ਰੇਟ ਕਈ ਥਾਵਾਂ 'ਤੇ ਜ਼ਮੀਨ ਦਾ ਫਰਜ਼ ਕਰ ਲਓ 1,00,000 ਰੁਪਏ ਵਿਘਾ ਹੈ, ਉੱਥੇ ਮੌਕੇ ਦੀ ਸਥਿਤੀ ਅਨੁਸਾਰ 12,00,000 ਰੁਪਏ ਵਿਘਾ ਹੈਗਾ, ਬਲਕਿ 12 ਗੁਣਾ ਵੱਧ ਹੈ ਰੇਟ। ਜੇ 1,00,000 ਰੁਪਏ ਵਿਘਾ ਕਲੈਕਟਰ ਰੇਟ 'ਤੇ ਅਤੇ 12,00,000 ਰੁਪਏ ਵਿਘਾ ਮੌਜੂਦਾ ਸਥਿਤੀ 'ਚ ਰੇਟ ਆ ਤਾਂ ਫਿਰ ਕਿਸਾਨ ਰੋਂਦੇ ਆ। ਕਿਸਾਨ ਰੋਂਦੇ ਜੀ ਵੀ ਸਾਡਾ ਤੁਸੀਂ ਕਿਉਂ ਜੱਖਣਾ ਪੱਟੀ ਹੈ, ਸਾਡਾ ਤੁਸੀਂ ਕਿਉਂ ਨੁਕਸਾਨ ਕਰਦੇ ਹੋ, ਮੌਕੇ ਦੇ ਮੌਜੂਦਾ ਰੇਟ ਦੀ ਭਰਪਾਈ ਕਰੋ ਨਾ ਸਾਡੀ, ਤੁਸੀਂ ਸਾਡੀ ਜ਼ਮੀਨ ਇੰਨੀ ਮਹਿੰਗੀ ਆ, ਸਾਡੀ ਇੰਨੀ ਮਹਿੰਗੀ ਜ਼ਮੀਨ ਨੂੰ ਕੌਡੀਆਂ ਦੇ ਭਾਅ ਥੋੜ੍ਹਾ ਦੇਵਾਂਗੇ ਅਸੀਂ। ਕਲੈਕਟਰ ਤੁਹਾਡਾ ਸਰਕਾਰ ਦਾ, ਸਰਕਾਰ ਨੇ ਜ਼ਮੀਨ ਅਕੁਆਇਰ ਕਰਨੀ ਆ, ਅਤੇ ਕਲੈਕਟਰ ਸਰਕਾਰ ਤੋਂ ਬਿਨਾਂ ਕਿਵੇਂ ਚੱਲ ਸਕਦਾ, ਅਤੇ ਉਹਦੇ ਰੇਟ ਹੀ ਬੜੇ ਰੀਜਨੇਬਲ ਰੱਖੇ ਹੁੰਦੇ ਆ, ਉਹਨਾਂ ਰੇਟਾਂ ਤਾਂ ਕਦੇ ਸਰਕਾਰ ਚੱਲਦੀ ਹੋ ਨਹੀਂ, ਕਦੇ ਮਾਹੌਲ ਚੱਲਦੇ ਨਹੀਂ, ਕਦੇ ਰੇਟ ਚੱਲਦੇ ਨਹੀਂ ਗੇ, ਸਰਕਾਰ ਰੇਟ ਤਾਂ ਵੱਧਦੇ ਘੱਟਦੇ ਰਹਿੰਦੇ ਆ। ਜੇਕਰ ਇੱਕ ਖਾਣ ਪੀਣ ਵਾਲੀ ਵਸਤੂ ਦਾ ਰੇਟ ਵੱਧਦਾ ਘੱਟਦਾ ਹੈਗਾ ਤਾਂ ਫਿਰ ਕਿਸਾਨ ਦੀ ਜ਼ਮੀਨ ਦਾ ਰੇਟ ਤੁਸੀਂ ਕਿਉਂ ਸਥਿਰ ਕੀਤਾ ਹੋਇਆ, ਉਹਨੂੰ ਤੁਸੀਂ ਕਿਉਂ ਨਹੀਂ ਮੌਕੇ ਦੇ ਅਨੁਸਾਰ ਰੇਟ ਦਿੱਤਾ ਗਿਆ। ਸੋਨੇ ਦਾ ਭਾਅ ਤੁਸੀਂ ਲੈ ਲਓ, ਡੇਲੀ ਵੱਧ ਘੱਟ ਰਿਹਾ। ਇੱਕ ਦਵਾਈ ਹੈਗੀ ਆ ਸਨੇਰੀਆ ਮਾਰਟੀਮਾ, ਉਹ ਅੱਖਾਂ ਵਾਸਤੇ ਹੁੰਦੀ ਆ, ਉਹ ਬੜਾ ਵਧੀਆ, 40 ਸਾਲ ਦੀ ਉਮਰ ਤੋਂ ਬਾਅਦ ਬੰਦੇ ਨੂੰ ਹਰੇਕ ਨੂੰ 2 ਬੂੰਦਾਂ ਅੱਖਾਂ 'ਚ ਪਾਉਣੀਆਂ ਚਾਹੀਦੀਆਂ ਨੇ, ਇੱਕ ਉੱਧਰਲੀ ਅੱਖ ਅਤੇ ਇੱਕ ਉੱਧਰ ਦੀ ਅੱਖ, ਸਨੇਰੀਆ ਮਾਰਟੀਮਾ
ਜਰਮਨ ਦੀ ਦਵਾਈ ਹੈ ਹੋਮਿਓਪੈਥੀ, ਅਤੇ ਉਹ ਚਿੱਟਾ ਮੋਤੀ ਆ, ਕਾਲੇ ਮੋਤੀ ਆ, ਚਿੱਟੇ ਮੋਤੀ ਇੱਦਾਂ ਨਹੀਂ ਆਉਣ ਦਿੰਦੀ ਉਹ। ਚਲੋ ਇਹ ਤਾਂ ਡਾਕਟਰਾਂ ਦੀ ਸਲਾਹ ਨਾਲ ਤੁਸੀਂ ਕਰੋ, ਪਰ ਉਹਦਾ ਰੇਟ ਵੀ ਡੇਲੀ ਬਦਲਦਾ ਰਹਿੰਦਾ। ਇੱਕ ਜਰਮਨ ਦੀ ਦਵਾਈ ਆ ਅਤੇ ਡੇਲੀ ਵਪਾਰੀ ਆਪਣੇ ਰੇਟ ਨੂੰ ਚੇਂਜ ਕਰਦੇ ਆ, ਜਿਹੜੀਆਂ ਵਸਤਾਂ ਹੁੰਦੀਆਂ ਨੇ ਡੇਲੀ ਕੋਈ ਨਾ ਕੋਈ ਰੇਟ ਘੱਟ ਗਿਆ ਵੱਧ ਗਿਆ, ਸਬਜ਼ੀਆਂ ਦੇ ਰੇਟ ਘੱਟ ਗਏ ਵੱਧ ਗਏ। ਫਿਰ ਕਿਸਾਨ ਦੀ ਜ਼ਮੀਨ ਤੁਸੀਂ ਕਿਉਂ ਸਥਿਰ ਕੀਤੀ ਆ ਜੀ? ਜਿਹੜੀ ਉਹਦੀ ਧਰੋਹਰ ਆ, ਜਿਹੜੀ ਉਹਦੀ ਪ੍ਰੋਪਰਟੀ ਆ, ਜਿਹਦੇ ਸਹਾਰੇ ਜਿਉ ਰਿਹਾ ਕਿਸਾਨ, ਉਹਦੀ ਫਿਰ ਕਿਉਂ ਧਰੋਹਰ ਤੁਸੀਂ ਬੰਨ ਕੇ ਰੱਖਦੀ ਆ ਵੀ ਇਹ ਕਲੈਕਟਰ ਰੇਟ ਹੀ ਰਹੂਗਾ ਸਾਡਾ ਜੀ, ਇਸ ਰੇਟ 'ਤੇ ਅਸੀਂ ਜ਼ਮੀਨ ਅਕਵਾਇਰ ਕਰਾਂਗੇ? ਤੁਹਾਡੀ ਮਰਜ਼ੀ ਆ, ਸਰਕਾਰ ਜੋ ਮਰਜ਼ੀ ਕਰੇ, ਕਲੈਕਟਰ ਰੇਟ ਰੱਖੇ ਆਪਣੀ ਮਨਮਰਜ਼ੀ ਨੇ, ਭਾਵੇਂ 2 ਲੱਖ ਦੀ ਜ਼ਮੀਨ ਦਾ ਤੁਸੀਂ 25,000 ਰੁਪਏ ਦੇ ਦਿਓ। ਇਸ ਕਰਕੇ ਕਿਸਾਨ ਰੋਂਦਾ, ਕਿਸਾਨ ਕਹਿੰਦਾ ਵੀ ਸਾਡੀਆਂ ਪ੍ਰੋਪਰਟੀ ਦਾ ਰੇਟ ਤੁਸੀਂ ਪੂਰਾ ਦਿਓ, ਤਾਂ ਕਰਕੇ ਕਿਸਾਨ ਪਿੜਦਾ ਉੱਥੇ ਵੀ ਸਾਡੀ ਪ੍ਰੋਪਰਟੀ ਦਾ ਰੇਟ ਘੱਟ ਕਿਉਂ ਦੇ ਰਹੇ ਹੋ ਤੁਸੀਂ? ਮੌਜੂਦਾ ਸਥਿਤੀ ਅਨੁਸਾਰ, ਬੰਨੇ ਗਏ ਰੇਟ ਅਨੁਸਾਰ ਸਾਨੂੰ ਰੇਟ ਦਿਓ ਤੁਸੀਂ, ਜੇ ਮੌਕੇ ਦਾ ਰੇਟ ਆ। ਅਤੇ ਸਰਕਾਰਾਂ ਉਸ ਨੂੰ ਮੰਨਦੀਆਂ ਨੇ, ਸਰਕਾਰਾਂ ਚਲੋ ਫਿਰ ਵੀ ਯਕਮੁਕਸ ਕਹਿ ਦਿੰਦੇ ਆ ਵੀ ਤੁਸੀਂ ਭਾਈ ਇੰਨੇ ਪੈਸੇ ਲੈ ਲਓ, ਐਵੇਂ 'ਚ ਨਿਬੇੜੋ, ਕਿਸਾਨ ਫਿਰ ਨਹੀਂ ਮੰਨਦਾ। ਫਿਰ ਸਰਕਾਰਾਂ ਕਹਿੰਦੇ ਨੇ ਭਾਈ ਮੌਜੂਦਾ ਰੇਟ ਕੀ ਆ, ਪਾਓ ਤਹਿ ਤਹਿ ਕਰ ਲਈਏ, ਫਿਰ ਨਹੀਂ ਕਿਸਾਨ ਮੰਨਦਾ, ਫਿਰ ਖੜ੍ਹ ਜਾਂਦਾ, ਫਿਰ ਰੌਲਾ ਪੈਂਦਾ। ਇੱਥੇ ਸ਼ੁਰੂ ਹੁੰਦੀ ਹੈ ਰੌਲੇ ਦੀ ਗੱਲਬਾਤ, ਫਿਰ ਕਿਸਾਨ ਲਾਉਂਦਾ ਧਰਨੇ, ਫਿਰ ਕਿਸਾਨ ਰੋਕਦਾ ਰਸਤੇ ਨੂੰ ਬਣਨ ਤੋਂ, ਫਿਰ ਕਿਸਾਨ ਜ਼ਮੀਨ ਅਕੁਆਇਰ ਨੂੰ ਅਕੁਆਇਰ ਨਹੀਂ ਹੋਣ ਦਿੰਦਾ, ਫਿਰ ਲੜਾਈ ਪੈਂਦੀ ਆ। ਇਹ ਹੀ ਮੁੱਦਾ ਗਡਕਰੀ ਨੇ ਵਿਚਾਰਿਆ ਸੀਗਾ, ਹਰਭਜਨ ਸਿੰਘ ਜਿਹੜਾ ਸਾਡਾ ਮੰਤਰੀ ਆ ETO, ਉਸੇ ਕਰਕੇ ਝੜ ਝੰਬ ਕੀਤੀ ਸੀ। ਪਹਿਲਾਂ ਤੁਸੀਂ ਅੰਮ੍ਰਿਤਸਰ ਕਟੜਾ ਹਾਈਵੇ ਨੂੰ ਬਣਾਉਣ ਵਾਸਤੇ ਰਸਤਾ ਪੱਧਰਾ ਕਰੋ, ਫਿਰ ਤੁਹਾਡੇ ਹੋਰ 52,000 ਕਰੋੜ ਦੇ ਪ੍ਰੋਜੈਕਟ ਨੇ ਜੀ, 52,000 ਕਰੋੜ ਦੇ ਪ੍ਰੋਜੈਕਟ ਰੋਕੇ ਨੇ ਗਡਕਰੀ ਸਾਹਿਬ ਨੇ ਪੰਜਾਬ ਦੇ, ਅਤੇ ਉਹ ਤੁਹਾਡੇ ਪ੍ਰੋਜੈਕਟ ਫਿਰ ਸ਼ੁਰੂ ਕਰਾਂਗੇ ਅਸੀਂ। ਇਹ ਗਲਗੁੱਠਾ ਦਿੱਤਾ ਨਾ ਪੰਜਾਬ ਸਰਕਾਰ ਦੇ ਗਲ 'ਚ, ਅਤੇ ਹੁਣ ਉਹ ਗਲਗੁੱਠਾ ਦਿੱਤਾ ਗਿਆ, ਰੌਲਾ ਪੈ ਗਿਆ। ਹੁਣ ਰੌਲਾ ਪੈਣ ਤੋਂ ਬਾਅਦ ਭਗਵੰਤ ਮਾਨ ਸਾਹਿਬ ਆਪ ਅੱਗੇ ਆ ਗਏ, ਉਹ ਕਹਿੰਦੇ ਵੀ ਮੈਂ ਸੰਭਾਲਦਾ ਇਸ ਕੇਸ ਨੂੰ। ਤਾਂ ਭਗਵੰਤ ਮਾਨ ਕੋਲ ਕੋਈ ਜਾਦੂ ਛੜੀ ਨਹੀਂ ਹੈਗੀ ਕੇਸ ਸੰਭਾਲ ਲੈਣਗੇ ਉਹ, ਕਿਉਂਕਿ ਉਹ ਵੀ ਇੱਕ ਇਨਸਾਨ ਹੈ। ਮੁੱਖ ਮੰਤਰੀ ਨੂੰ ਤਾਂ ਪਰਵਾਹ ਹੀ ਨਹੀਂ ਕਰਦਾ ਕਿਸਾਨ, ਮੁੱਖ ਮੰਤਰੀ ਕਿਹੜੇ ਮੁੱਖ ਮੰਤਰੀ ਪਰਵਾਹ ਕਰਦਾ ਕਿਸਾਨ ਜੀ? ਉਹ ਕਹਿੰਦਾ ਤੂੰ ਮੁੱਖ ਮੰਤਰੀ ਹੋਊਗਾ, ਆਪਣੇ ਘਰ ਹੋਊਗਾ, ਸਾਡੇ ਵਾਸਤੇ ਕੋਈ ਮੁੱਖ ਮੰਤਰੀ ਨਹੀਂ ਹੈਗਾ, ਅਸੀਂ ਤਾਂ ਆਪਣੀ ਜ਼ਮੀਨ ਦਾ ਪੂਰਾ ਰੇਟ ਲੈਣਾ। ਕਿਸਾਨ ਉੱਥੇ ਡਾਂਗ ਲੈ ਖੜ੍ਹ ਜਾਂਦਾ। ਤਾਂ ਮਤਲਬ ਕਿ ਜੇਕਰ ਕਿਸਾਨਾਂ ਨੂੰ ਰੋਕਿਆ ਜਾਂਦਾ ਕਿ ਭਾਈ ਤੁਸੀਂ ਇੱਦਾਂ ਨਾ ਕਰੋ, ਇੱਦਾਂ ਕਰ ਲਓ, ਕਿਸਾਨ ਕਹਿੰਦੇ ਨਹੀਂ ਅਸੀਂ ਤਾਂ ਐਂ ਚੱਲੂਗਾ, ਤੁਸੀਂ ਭਾਈ ਲੜਾਈ ਲੜ ਲਓ, ਕਾਨੂੰਨੀ ਲੜਾਈ ਲੜ ਲਓ, ਅਦਾਲਤ ਵਿੱਚ ਜਾ ਕੇ ਦੇ ਦਿਓ ਤੁਸੀਂ ਆਪਣਾ ਹਲਫਨਾਮਾ, ਉੱਥੇ ਲੜਾਈ ਲੜ ਲਓ। ਕਹਿੰਦਾ ਅਦਾਲਤ ਨੂੰ ਜਾਂਦੇ ਅਸੀਂ ਤਾਂ ਇੱਥੇ ਡਾਂਗ ਲੈ ਕੇ ਬੈਠਾਂਗੇ, ਧਰਨਾ ਲਾਵਾਂਗੇ। ਇਸ ਤਾਂ ਅਦਾਲਤ ਦੀ ਗੱਲ ਵੀ ਨਹੀਂ ਮੰਨਣੀ, ਫਿਰ ਉੱਥੇ ਫਿਰ ਭਗਵੰਤ ਮਾਨ ਉੱਥੇ ਕੀ ਕਰ ਸਕਦਾ? ਇਸ ਕਰਕੇ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਗਲਗੁੱਠਾ ਇਹ ਪੰਜਾਬ ਨੂੰ ਵਿਕਾਸ ਦੇ ਰਸਤੇ ਤੋਂ ਤੋਰਨ ਤੋਂ ਰੋਕਣ ਲਈ ਹੈ। ਇਹ ਕੇਂਦਰ ਸਰਕਾਰ ਪੰਜਾਬ ਦਾ ਵਿਕਾਸ ਨਹੀਂ ਕਰਨਾ ਚਾਹੁੰਦੀ, ਕੇਂਦਰ ਸਰਕਾਰ ਪੰਜਾਬ ਨੂੰ ਉਹੀ ਰੁੰਡ ਮੁੰਡ ਕਰਨਾ ਚਾਹੁੰਦੀ ਆ, ਰੁੰਡ ਮੁੰਡ ਕਰਨਾ ਚਾਹੁੰਦੀ ਆ ਪੰਜਾਬ ਨੂੰ ਕੇਂਦਰ ਸਰਕਾਰ, ਉਹਦੀ ਪੋਲਿਸੀ ਆ ਇਹ। ਪੰਜਾਬ ਘੱਟ ਗਿਣਤੀ ਸਟੇਟ ਹੈਗਾ, ਮਿਨੋਰਟੀ ਸਟੇਟ ਆ ਪੰਜਾਬ, ਇੱਥੇ ਘੱਟ ਗਿਣਤੀ ਲੋਕ ਰਹਿੰਦੇ ਆ, ਇੱਥੇ ਸਿੱਖਾਂ ਦੀ ਵੱਧ ਆਬਾਦੀ ਆ, ਸਿੱਖਾਂ ਨਾਲ ਵੈਸੇ ਜੈਲਸੀ ਕਰਦੇ ਆ ਲੋਕ, ਜਿਹੜੇ ਤੁਸੀਂ ਚੱਲ ਜਾਓ ਨਾ ਸਿੱਖਾਂ ਨੂੰ ਤਾਂ ਇਹੀ ਜੈਲਸੀ ਕਰੀ ਜਾਂਦੇ, ਲੋਕ ਇਹਨਾਂ ਨੂੰ ਮਾਰਸ਼ਲ ਕੌਮ ਕਿਉਂ ਕਹਿੰਦੇ ਆ, ਲੋਕ ਇਹਨਾਂ ਨੂੰ ਅਣਖੀ ਕੌਮ ਕਿਉਂ ਕਹਿੰਦੇ ਆ, ਲੋਕ ਇਹਨਾਂ ਨੂੰ ਵੱਡੇ ਆਜ਼ਾਦੀ ਵਾਲੇ ਘੁਲਾਟੀਆਂ ਕਿਉਂ ਕਹਿੰਦੇ ਆ? ਲੋਕ ਉਹੀ ਇਸੇ ਜੈਲਸੀ ਕਰਕੇ ਕਈ ਵਾਰੀ ਸਿੱਖਾਂ ਦੇ ਪੱਗ ਤਾਰ ਦਿੰਦੇ ਆ ਉੱਧਰਲੇ ਲੋਕ, ਜਿਹੜੇ ਗੈਰ ਪੰਜਾਬੀ ਲੋਕ ਹੈ, ਇਸੇ ਜੈਲਸੀ ਕਰਕੇ। ਵਿਦੇਸ਼ਾਂ ਵਿੱਚ ਵੀ ਜੈਲਸੀ ਪਹੁੰਚ ਗਈ ਸਿੱਖਾਂ ਖਿਲਾਫ਼, ਸਿੱਖ ਮਾਰਸ਼ਲ ਕੌਮ ਹੈ, ਸਿੱਖਾਂ ਦੀ ਇਸੇ ਜੈਲਸੀ ਨੇ ਮਾਰ ਲਿਆ, ਕਿਉਂਕਿ ਪੰਜਾਬ ਦੇ ਵਿੱਚ ਸਿੱਖ ਨੇ, ਸਿੱਖਾਂ ਨੂੰ ਤਬਾਹ ਕਰਨਾ ਚਾਹੁੰਦੀ ਆ ਕੇਂਦਰ ਦੀ ਭਾਜਪਾ ਸਰਕਾਰ, ਮਾਫ਼ ਕਰਨਾ ਇਹ ਜਿਵੇਂ ਪੋਲਿਸੀਆਂ ਆ ਰਹੀਆਂ ਨੇ। ਉਹ ਮਾਮਲਾ ਹੈਗਾ ਇਹ, ਤੁਸੀਂ
50 ਕਿਲੋਮੀਟਰ ਤੱਕ BSF ਦੇ ਹਵਾਲੇ ਕੀਤਾ ਹੋਇਆ ਪੰਜਾਬ। ਤੇ ਤੁਸੀਂ ਆਪਣੀ ਕਟੜਾ ਐਕਸਪ੍ਰੈਸ ਵੇ ਨੂੰ ਸੰਭਾਲਣ ਵਾਸਤੇ ਤੁਹਾਡਾ ਕੇਂਦਰ ਦਾ ਪ੍ਰੋਜੈਕਟ ਆ ਉਹ, ਸੈਂਟਰ ਸਰਕਾਰ ਦਾ ਪ੍ਰੋਜੈਕਟ ਆ ਉਹ। ਸੈਂਟਰ ਸਰਕਾਰ ਦੇ ਪ੍ਰੋਜੈਕਟ ਵਿੱਚ ਪੰਜਾਬ ਸਰਕਾਰ ਕੀ ਕਰ ਸਕਦੀ ਹੈ? ਸੈਂਟਰ ਸਰਕਾਰ ਦਾ ਫਰਜ਼ ਹੈ ਕਿ ਉਹ ਨਿਬੜੇ ਕਿਸਾਨਾਂ ਨਾਲ ਬਹਿ ਕੇ, ਸੈਂਟਰ ਸਰਕਾਰ ਕਿਸਾਨਾਂ ਨਾਲ ਬੈਠੇ ਮੀਟਿੰਗ ਕਰੇ, ਵਿੱਚ ਭਗਵੰਤ ਮਾਨ ਉਹਦੇ ਪੰਜਾਬ ਦੇ ਮੁੱਖ ਮੰਤਰੀ ਉਹਦੇ ਮੀਡੀਏਟਰ ਬਣੇ ਅਤੇ ਉਹ ਬਣ ਕੇ ਆਪਸ 'ਚ ਗੱਲਬਾਤ ਕਰਨ, ਨਾ ਕਿ ਠੋਕ ਦਿਓ ਜੀ ਕਿਸਾਨਾਂ ਨੂੰ, ਜੀ ਆਪ ਪੰਜਾਬ ਨੂੰ ਠੋਕ ਦਿਓ ਜੀ, 52,000 ਕਰੋੜ ਦੇ ਪ੍ਰੋਜੈਕਟ ਰੋਕ ਦਿਓ ਜੀ। ਇਹ ਬੜੀ ਖਤਰਨਾਕ ਗੱਲ ਚੱਲ ਰਹੀ ਹੈ ਪੰਜਾਬ ਪ੍ਰਤੀ ਭਾਜਪਾ ਦੀ, ਕੇਂਦਰ ਸਰਕਾਰ ਦੀ ਜੀ। ਜੀ ਬਿਲਕੁਲ ਜੀ, ਇਹਦੇ ਵਿੱਚ ਕਈ ਹੋਰ ਵੀ ਜਿਹੜੇ ਤੱਤ ਕੰਮ ਕਰਦੇ ਨੇ ਜੀ। ਇੱਕ ਤਾਂ ਕਿਤੇ ਸਾਬ ਇਹ ਵੀ ਹੈ ਕਿ ਕਿਸਾਨ ਕਈ ਮਜਬੂਰ ਵੀ ਹੁੰਦੇ ਨੇ। ਕਾਰਨ ਇਹ ਹੈ, 1 ਕਿੱਲਾ 2 ਕਿੱਲੇ ਉਹਦੀ ਜ਼ਮੀਨ ਆ, ਹਾਈਵੇ ਉਹਦੇ ਜ਼ਮੀਨ ਦੇ ਵਿੱਚੋਂ ਲੰਘਣਾ ਹੈ, 1/2 ਕਿੱਲਾ ਇੱਧਰ ਰਹਿ ਗਿਆ, 1/2 ਕਿੱਲਾ ਇੱਧਰ ਰਹਿ ਗਿਆ, ਨਾ ਉਹ ਮੋਟਰ ਦੇ ਕਨੈਕਸ਼ਨ ਜੋਗਾ, ਨਾ ਉਹ ਵਾਈ ਕਰਨ ਜੋਗਾ, ਅਤੇ ਫਿਰ ਉਹਦਾ ਕਾਫੀ ਨੁਕਸਾਨ ਹੋ ਜਾਂਦਾ। ਅਤੇ ਦੂਜਾ, ਇਹ ਵੀ ਚਰਚਾਵਾਂ ਨੇ ਕਿ ਜਿਹੜੇ ਪ੍ਰੋਜੈਕਟ ਬਣ ਰਹੇ ਨੇ, ਇਹਨਾਂ ਪ੍ਰੋਜੈਕਟਾਂ ਦੇ ਨਾਲ ਅੜਿੱਕੇ ਲੱਗਦੇ ਨੇ, ਰਾਹ ਰੁਕ ਜਾਂਦੇ ਨੇ ਪਾਣੀਆਂ ਦੇ ਜਿਹੜੇ ਵਹਾਅ ਦੇ, ਅਤੇ ਉਹਦੇ ਨਾਲ ਵੀ ਕਾਫੀ ਨੁਕਸਾਨ ਹੋ ਜਾਂਦਾ। ਜਿੱਥੇ ਏਡੇ ਏਡੇ ਮਤਲਬ ਮਿੱਟੀ ਦੇ ਢੇਰ ਲਾ ਕੇ ਪੁਲ ਬਣ ਜਾਣੇ ਨੇ, ਤਾਂ ਫਿਰ ਦੂਜਾ ਹਿੱਸਾ ਦੂਜੇ ਹਿੱਸੇ ਨਾਲ ਉਹ ਕੱਟਿਆ ਜਾਂਦਾ, ਉਹ ਵੀ ਕਾਫੀ ਨੁਕਸਾਨ ਹੁੰਦੇ ਨੇ। ਇਸ ਕਰਕੇ ਕਿਸਾਨ ਕਾਫੀ ਕੁਝ ਸੋਚ ਰਹੇ ਨੇ, ਸਰਕਾਰਾਂ ਹੁਣ ਕੀ ਸੋਚਦੀਆਂ ਨੇ ਉਹ ਵੱਖਰੀ ਗੱਲ ਹੈ, ਪਰ ਇਹ ਜਿਹੜਾ ਬੰਨਾ ਵੀ ਚਾਹੀਦਾ, ਪਰ ਸਾਰੇ ਪੱਖਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਕਰਨਾ ਚਾਹੀਦਾ। ਇਹ ਨਹੀਂ ਵੀ ਮਤਲਬ ਰਾਤ ਨੂੰ ਮੁਨਾਦੀ ਕਰਾ ਦਿਓ ਵੀ ਸਵੇਰ ਨੂੰ ਜ਼ਮੀਨ ਖਾਲੀ ਕਰ ਦਿਓ, ਆਪਾਂ ਤੁਹਾਡਾ ਇਹ ਕੰਮ ਨਹੀਂ ਹੋਣ ਦੇਣਾ, ਇਹੋ ਜਿਹੀ ਗੱਲ ਨਹੀਂ ਹੋਣੀ ਚਾਹੀਦੀ। ਨਿਡਰ ਹਾਂ, ਨਿਰਪੱਖ ਹਾਂ, ਆਜ਼ਾਦ ਹਾਂ, ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।